अगर साडा ये चैनल तुसी अजे तक सब्सक्राइब नहीं किया है तो इस नूं तुरंत स्क्रीन दे दिखाए अनुसार सब्सक्राइब कर लो अते घंटी दे निशान नूं भी दबा दिओ ताकि जदों भी असी कोई वीडियो अपलोड करिए तां तुहानूं पता लग सके। ਪੰਜਾਬ ਕੈਬਨਿਟ ਵਿਸਥਾਰ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਕਿ ਮੰਤਰੀ ਦੀ ਕੁਰਸੀ ਨਾ ਮਿਲਣ ਕਰਕੇ ਕੁਝ ਮੌਜੂਦਾ ਵਿਧਾਇਕ ਨਾਰਾਜ਼ ਹੋ ਗਏ ਨੇ, ਲੇਕਿਨ ਇਹ ਖੁਲਾਸਾ ਹੋਇਆ ਕਿ ਕੁਝ ਵਿਧਾਇਕ ਪਾਰਟੀ ਤੋਂ ਨਾਰਾਜ਼ ਨਹੀਂ ਬਲਕਿ ਪੰਜਾਬ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਸੀਨੀਅਰ ਨੇਤਾ ਤੇ ਸਰਗਰਮ ਨੇਤਾ ਸਣੇ ਕੁੱਲ 72 ਆਗੂ ਨਾਰਾਜ਼ ਨੇ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਭੇਜ ਕੇ 72 ਨਾਰਾਜ਼ ਨੇਤਾਵਾਂ ਨੂੰ ਕਿਤੇ ਐਡਜਸਟ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਇਸ ਪੱਤਰ ਦੀ ਭਣਕ ਲੱਗਦਿਆਂ ਬੁੱਧਵਾਰ ਨੂੰ ਅਹੁਦੇ ਦੇ ਇੱਛੋ ਕਈ ਨੇਤਾ ਪੰਜਾਬ ਸਕੱਤਰੇ ਦੇ ਚੱਕਰ ਲਗਾਉਂਦੇ ਦੇਖੇ ਗਏ। ਰਾਹੁਲ ਗਾਂਧੀ ਵੱਲੋਂ ਭੇਜੇ ਗਏ ਪੱਤਰ ਵਿੱਚ ਸਾਰੇ 72 ਨਾਰਾਜ਼ ਨੇਤਾਵਾਂ ਦੇ ਨਾਮ ਲਿਖੇ, ਹਾਲਾਂਕਿ ਇਹਨਾਂ ਨਾਮ ਦਾ ਖੁਲਾਸਾ ਨਹੀਂ ਹੋਇਆ। ਸੂਬਾ ਕਾਂਗਰਸ ਦੇ ਹਵਾਲੇ ਨਾਲ ਇਸ ਪੱਤਰ ਦੇ ਬਾਰੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਜਾ ਰਿਹਾ, ਫਿਰ ਵੀ ਮੰਨਿਆ ਜਾ ਰਿਹਾ ਕਿ ਇਸ ਸੂਚੀ ਵਿੱਚ ਜ਼ਿਆਦਾਤਰ ਨਾਰਾਜ਼ ਕਾਂਗਰਸੀ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਨਹੀਂ ਦਿੱਤਾ ਗਿਆ ਸੀ ਅਤੇ ਕਾਂਗਰਸ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸਰਕਾਰ ਬਣਾਉਣ ਤੇ ਚੰਗੀ ਜਗ੍ਹਾ ਐਡਜਸਟ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸੇ ਸੰਬੰਧ ਵਿੱਚ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਸੂਚੀ ਦੇ ਬਾਰੇ ਵਿੱਚ ਕੁਝ ਕਹਿਣ ਤੋਂ ਇਨਕਾਰ ਕੀਤਾ, ਲੇਕਿਨ ਇਹਨਾਂ ਜ਼ਰੂਰ ਆਖਿਆ ਕਿ ਮੁੱਖ ਮੰਤਰੀ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦਾ ਯਤਨ ਕਰ ਰਹੇ ਨੇ, ਜਿਸ ਤਹਿਤ 4-5 ਅਧਿਕਾਰੀਆਂ ਨੂੰ ਇਸ ਕੰਮ ਵਿੱਚ ਲਾਇਆ ਗਿਆ। ਕੈਬਨਿਟ ਵਿਸਥਾਰ ਦੌਰਾਨ ਨਾਰਾਜ਼ ਹੋ ਗਏ ਕਾਂਗਰਸੀ ਵਿਧਾਇਕਾਂ ਨੂੰ ਪਹਿਲਾਂ ਤੇ ਇਸ ਗੱਲ ਦੀ ਨਾਰਾਜ਼ਗੀ ਸੀ ਕਿ ਕੈਬਨਿਟ ਵਿੱਚ ਦਲਿਤ ਅਤੇ ਪਛੜੇ ਵਰਗਾਂ ਨੂੰ ਅਣਦੇਖਿਆ ਕੀਤਾ ਗਿਆ।